सारे नुकसान का जिम्मेवार मोदी है। ये सिर्फ साड़िया मंगा जो हकी मान ले, बाकी मोर्चा जिन्ना चिर मैं लाना पाया असं लम्मा मोर्चा लावे तो सानू कोई शक वाली गल नहीं है। असी तो यो चाहते हाँ कि सेंटर सरकार जी बखलाड़ दे विच ना आवे, तो वो जनता ने उन्होंने बनाया, ये जनता ने लाना। अज जंडियाला गुरु रेलवे टैक देवीदासपुरा विखे किसान मजदूर संघर्ष कमेटी पंजाब वालों अज 39वें दिन जिहड़ा धरना जारी है। इस संबंध में साडे नाल किसान आगू खड़े, उन्हां नाल गलबात करांगे। हां सर, जिहड़ी अज तुहाडी कोर कमेटी की मीटिंग सी और की किन्ने बजे कित्थे गई? असीं अज 4 बजे जंडियाला गुरु ही मीटिंग कर रहे हैं। कोर कमेटी की मीटिंग होगी जिहदे विच असीं 3 तरीक नूं जिहड़े अटारनी जनरल नाल मीटिंग आ, जिथे साडे कानूनदान बह के सैंक्शन 11 तहत जिहड़े सरकार ने MLA साहब ने मते पा के कानून रद्द करन दी गल कीती आ, उहदे ते सानूं शक सुभा वा, उहदी चीरफाड़ जिहड़ी उह 3 तरीक नूं करांगे। उहदी तैयारी वास्ते जिहड़ी आ उह मीटिंग असीं अज 4 बजे कर रहे हैं। और धरना चुकन वास्ते कोई इहो जिहा है मशवरा कोई तुहाडी अपनी? उह शाम दी मीटिंग दे विच जिहड़ी 4 बजे मीटिंग करांगे उहदे विच पता लगेगा भी धरने दा वैसे चुके हुए आ। ਇਹ ਸਿਰਫ ਪੈਸੈਂਜਰ ਗੱਡੀਆਂ ਰੁਕੀਆਂ, ਮਾਲ ਗੱਡੀਆਂ ਆਉਣ ਤੇ ਕੋਈ ਰੋਕ ਨਹੀਂ ਗੀ। ਉਹਦੇ ਵਾਸਤੇ ਇਹਦੇ ਬਦਲਵਾਂ ਰੂਟ ਜਿਹੜਾ ਉਹ ਤਰਨ ਤਾਰਨ ਵਾਇਆ ਚੱਲ ਰਿਹਾ, ਪਹਿਲਾਂ ਚੱਲਦਾ ਵੀ ਰਿਹਾ ਵਾ। ਇੱਥੇ ਹੋਰ ਵੀ ਕਿਸਾਨ ਆਗੂ ਅਸੀਂ ਗੱਲਬਾਤ ਕਰਾਂਗੇ। ਹਾਂਜੀ ਭਾਈ, ਜਿਹੜੇ ਕਿਸਾਨਾਂ ਦੇ ਧਰਨਾ ਦਿੱਤਾ ਜਾ ਰਿਹਾ ਔਰ ਵਪਾਰੀ ਵਰਗ ਵੀ ਬਹੁਤ ਜ਼ਿਆਦਾ ਦੁਖੀ ਆ, ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ 'ਤੇ ਵਪਾਰ ਬਿਲਕੁਲ ਲਾਸਟ ਕਗਾਰ 'ਤੇ ਚੱਲ ਗਿਆ, ਕਿਉਂਕਿ ਜਿਹੜਾ ਦਿਵਾਲੀ ਦਾ ਤਿਉਹਾਰ ਹੀ ਲੋਕਾਂ ਦਾ ਕਹਿਣਾ ਵਾ ਵੀ ਅਸੀਂ ਕਿਸਾਨਾਂ ਨਾਲ ਖੜੇ ਸੀਗੇ, ਪਰ ਕਿਸਾਨਾਂ ਨੂੰ ਸਾਡੇ ਨਾਲ ਖਲੂਣਾ ਚਾਹੀਦਾ, ਇਹਦੇ ਬਾਰੇ ਕੀ ਕਹਿਣਾ? ਗੱਲ ਇਸ ਤਰ੍ਹਾਂ ਵੀ ये तो सानूं पता वे व्यापारी वर्ग सारे फिरके दे लोग जिहड़े परेशान हो रहे हैं, उन्हां दा नुकसान हो रहा, पर ये सारे नुकसान का जिम्मेवार मोदी आ। मोदी सानूं मतलब अज उत्थे एक लाइन लिखनी पैनी आ, जिहड़े बिल वा ते उह एक लाइन साढ़े हक दे विच लिख दिंदा ते असीं 5 मिंट दे विच रोड सारा की पंजाब की जिथे थोड़े धरने सारे चुक लाँगे। ये मोदी जिहड़ा वा ना, वो सारा जो भी करना मोदी सरकार ने करना, तो मोदी हालांकि पासा वड़ता सज्जे खब्बे कदे किसे मंत्री की गल करा, कभी वो सानू कोई तिखियां गल्लां करदे आ, पर इह भड़काउण वाली गल कोई नहीं गी। असीं अपने हक मंगदे आ, असीं कहिंदे आ वी चीन नाल जे पाकिस्तान नाल कोई खैबाजी चल पैंदी आ ते जिहड़ी कौम नूं तूं इन्ना दबा रिहा, सुधा टारगेट कर रिहा, तेरे को इस कौम तों बिना कोई लड़ाकी है कौम कोई? पर तूं अपना आप जड़ा ना वड, तूं साडा टकराव सुधा ना पैदा कर। तेनू चाहीदा बैठ के जो साडियां मंगां बणदियां तूं बानी दानी उहनां दी घट सुण, ਅਸੀਂ ਇਹ ਦੇਸ਼ ਦੇ ਵਾਸੀ ਹਾਂ, ਤੁਸੀਂ 5 ਸਾਲ ਬਾਅਦ ਆਉਂਦੇ ਜੇ 5 ਸਾਲ ਬਾਅਦ ਜਾਂਦੇ ਹੋ, ਅਸੀਂ ਇਸ ਰਾਜ ਦੇ ਮਾਲਕ ਹਾਂ, ਅਸੀਂ ਖੁਦ ਮਾਲਕ ਤੁਹਾਨੂੰ ਵੋਟਾਂ ਪਾ ਕੇ ਬਣਾਇਆ, ਪਰ ਤੁਹਾਡਾ ਫਰਜ਼ ਬਣਦਾ ਸਾਡੇ ਬਣਦੇ ਹੱਕ ਸਾਨੂੰ ਉਹ ਦਿਓ, ਟਕਰਾਅ ਜਿਹੜਾ ਸੁੱਧਾ ਉਹ ਨਾ ਪੈਦਾ ਕਰੋ। ਪਰ ਲੋਕ ਕਹਿ ਰਹੇ ਵੀ ਤੁਸੀਂ ਇਹ ਜਿਹੜਾ ਧਰਨਾ ਵਾ ਕਿਤੇ ਜਾਂ ਮਤਲਬ ਕਿ ਉੱਥੇ ਦਿੱਲੀ ਜਗਰ ਲਗਾਓ। ਦਿੱਲੀ ਮਤਲਬ ਜਾ ਕੇ ਮਤਲਬ ਅਸੀਂ ਬੰਦੇ ਘੱਲੇ ਨਹੀਂ ਗਏ, ਸਾਡੀ ਜਹਿਬੰਦੀਆਂ ਗਈਆਂ ਵਾ ਉੱਥੇ ਵੀ, ਇਹਨਾਂ ਨੇ ਮਤਲਬ ਆਪਣੇ ਆਪ 'ਤੇ ਸਾਡੀ ਇਨਸਲਟ ਕੀਤੀ, ਪਰ ਸਾਡੇ ਉਹ ਪੱਖ 'ਚ ਗੱਲ ਗਈ ਆ ਵੀ ਕਿਸਾਨ ਜੇ ਆਉਂਦੇ ਸੀ ਤਾਂ ਕਿਸਾਨ ਗਏ ਵੀ ਆ, ਪਰ ਇਸ ਕਰਕੇ ਅਸੀਂ ਕਹਿੰਦੇ ਵੀ ਦਿੱਲੀ ਜਾ ਕੇ ਵੀ ਅਸੀਂ ਤੇਰੇ ਕੋਲ ਇਹੋ ਘੋਣਾ, ਤੂੰ ਖੁਦ ਮੀਟਿੰਗ ਅਸੀਂ ਤੈਨੂੰ ਆਖਿਆ ਆਣ ਕੇ ਲੈ ਮੋਦੀ ਸਰਕਾਰ ਨੂੰ, ਮੋਦੀ ਬਵੇ ਸਾਡੇ ਵਿੱਚ ਆਣ ਕੇ, ਇੱਥੇ ਆ ਜੇ ਅੰਮ੍ਰਿਤਸਰ, ਇਹਨੂੰ ਕੀ ਹੋਣ ਡਿਆ? ਬਾਕੀ ਜਿਹੜਾ ਰੇਲਾਂ ਗੱਡੀਆਂ ਦੀ ਗੱਲ ਕਰਦਾ, ਮਾਲ ਗੱਡੀਆਂ ਦੀ ਗੱਲ ਕਰਦਾ, ਅਸੀਂ ਡਰਾਈਵਰ ਜਿਹੜੇ ਉਹ ਸਾਡੇ ਵੀਰ ਆ, ਸਾਡੀ ਪ੍ਰਾਪਰਟੀ ਆ, ਇਹ ਮਤਲਬ ਜਾਣਬੁੱਝ ਕੇ ਇਹੋ ਜਿਹੜੇ ਨੁਕਤੇ ਆ ਜਾਂ ਪੱਤੇ ਨਾ ਖੇਡੇ, ਇਹ ਮਤਲਬ ਜੋ ਵੀ ਚਾਹੁੰਦਾ ਨਾ ਜਿੱਡੀ ਵੀ ਛੇਤੀ ਇਹ ਟਰੈਕ ਖਾਲੀ ਕਰਾਉਣਾ, ਇਹ ਸਿਰਫ ਸਾਡੀਆਂ ਮੰਗਾਂ ਜੋ ਹੱਕੀ ਮੰਨ ਲਏ, ਬਾਕੀ ਮੋਰਚਾ ਜਿੰਨਾ ਚਿਰ ਮਤਲਬ ਲਾਉਣਾ ਪਿਆ ਅਸੀਂ ਲੰਮਾ ਮੋਰਚਾ ਲਾਵਾਂਗੇ ਤੇ ਸਾਨੂੰ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਰਾਜਨੀਤਿਕ ਲੋਕ ਹੈ ਜਿਹੜੇ ਲੋਕਾਂ ਦੇ ਲੋਕ ਕਹਿ ਰਿਹਾ ਵੀ ਰਾਜਨੀਤਿਕ ਜਿਹੜੇ ਲੋਕ ਆ ਸਿਆਸਤ ਕਰ ਰਹੇ ਕਿਸਾਨਾਂ ਤੇ। ਬਿਲਕੁਲ ਜੀ, ਬਹੁਤ ਵੱਡੀ ਸਿਆਸਤ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਜਿਵੇਂ ਦੇ ਬਿਆਨ BJP ਲੀਡਰ ਦੇ ਰਹੇ ਆ, ਡਿਬੇਟਾਂ ਕਰ ਰਹੇ ਆ, ਬਹੁਤ ਘਿਨਾਉਣੇ ਆ, ਯਾਨੀ ਕਿ ਟਰੈਕ ਖਾਲੀ ਹੋਣ ਦੇ ਬਾਵਜੂਦ ਵੀ ਮੰਨਣ ਨਹੀਂ ਡਏ ਇਸ ਗੱਲ ਨੂੰ, ਯਾਨੀ ਕਿ ਦੂਸਰੇ ਹਰ ਪੱਖ ਤੋਂ ਲਿਖਤੀ ਰੂਪ ਵੀ ਦਿੱਤਾ ਹੋਇਆ ਵਾ ਕਿ ਟਰੈਕ ਖਾਲੀ ਆ, ਮਾਲ ਗੱਡੀਆਂ ਲੰਘਾਓ, ਇਹ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਬਹੁਤ ਜ਼ਿਆਦਾ, ਇਹ ਵਿਤਕਰਾ ਸਹਿਣਯੋਗ ਨਹੀਂ ਹੋਊਗਾ ਆਉਣ ਵਾਲੇ ਸਮੇਂ 'ਚ। ਜਿਹੜੇ ਸੈਂਟਰ ਕੇਂਦਰ ਮੰਤਰੀ ਜਿਹੜੇ ਬਿਆਨ ਦੇ ਰਹੇ ਉਹਦੇ ਬਾਰੇ ਦੱਸੋ। ਉਹ ਮੋਦੀ ਸਰਕਾਰ ਜਿਹੜੀ BJP ਦੇ ਜਿਹੜੇ ਮੰਤਰੀ ਆ ਬਿਲਕੁਲ ਘਬਰਾ ਗਏ ਆ, ਉਹਨਾਂ ਨੂੰ ਇਹ ਪਤਾ ਲੱਗ ਗਿਆ ਜਿਹੜੇ ਅਸੀਂ ਕਾਲੇ ਕਾਨੂੰਨ ਲੈ ਕੇ ਆ ਗਏ ਆ, ਸਾਰੇ ਹਿੰਦੁਸਤਾਨ ਦੇ ਭਾਰਤ ਦੀ ਜਿਹੜੇ ਕਿਸਾਨ ਆ ਉਹ ਜਾਗ ਪਏ ਆ, ਉਹ ਰੇਲਾਂ ਤੇ ਰੋਡਾਂ ਤੇ ਆ ਗਏ ਆ, ਇਹਨਾਂ ਨੂੰ ਘਬਰਾਹਟ ਦੇ ਵਿੱਚ ਹੀ ਜਿਹੜੇ ਆ ਉਲਟੇ ਪੁਲਟੇ ਜਿਹੜੇ ਬਿਆਨ ਦੇਈ ਜਾਣ ਡਏ ਆ। ਇਹਨਾਂ ਨੂੰ ਇਹ ਪਤਾ ਵਾ ਕਿਸਾਨ ਜਿਹੜੇ ਹੁਣ ਪਿੱਛੇ ਨਹੀਂ ਹਟਣੇ, ਕਾਲੇ ਕਾਨੂੰਨ ਇਹਨਾਂ ਨੂੰ ਕਿਸੇ ਵੀ ਹੱਦ ਤੱਕ ਜਿਹੜੇ ਵਾਪਸ ਇਹਨਾਂ ਨੂੰ ਲੈਣੇ ਪੈਣੇ ਆ ਜੀ। ਅੱਜ ਦੀ ਮੀਟਿੰਗ ਵਿੱਚ ਤੁਹਾਡਾ ਧਰਨਾ ਚੁੱਕਣ ਬਾਰੇ ਕੀ ਖਿਆਲ ਆ? ਨਹੀਂ, ਅਜੇ ਸੂਬਾ ਕਮੇਟੀ ਦਾ ਅਜੇ 4 ਵਜੇ ਮੀਟਿੰਗ ਹੋਣੀ ਆ ਗੁਰੂ ਕੇ ਜੰਡਿਆਲਾ, ਉਹਦੇ 'ਚ ਕੋਈ ਧਰਨੇ ਦਾ ਨਹੀਂ ਅਜੇ ਵਿਚਾਰ ਨਹੀਂ, ਗਾਂ ਜੋ ਸੂਬਾ ਕਮੇਟੀ ਦਾ ਐਲਾਨ ਹੋਊਗਾ ਉਸ ਹਿਸਾਬ ਨਾਲ ਗਾਂ ਧਰਨੇ ਚੱਲਣਗੇ। ਇੱਥੇ ਹੋਰ ਵੀ ਕਿਸਾਨ ਆਗੂ ਉਹਨਾਂ ਨਾਲ ਗੱਲਬਾਤ ਕਰਾਂਗੇ।
हाँ जी भाजी, अगली रूपरेखा की हैगी? अगली रूपरेखा तो यो ही है, जिन्ना चर सानू कोई न्याय नहीं मिलता, कोई सेंटर सरकार वालों ये कानून वापस नहीं लाए जाते, उन्ना चर धरना साडा जारी रहूगा। असी कोई हुल्लड़बाज लोग नहीं गे कि असी लैना नप के बैठे हाँ, असी न्याय पसंद लोग हाँ। जे सानू न्याय मिल जाता है अज ही ट्रैक वेले कर देंगे, कानून वापस लै लेंगे तो साडा कोई सरकार ना कोई लड़ाई नहीं, साड़ी लड़ाई आ उन्होंने गलत कानूनों ना, जोड़े गलत कानून लेके आए आ वह अपने वापस लै लन, असी ट्रैक तो उठ खड़ोवे, आवाजाही बहाल हो जूगी। असी तो यो चाहते हाँ कि सेंटर सरकार जी बखलाड़ ना आए, तो वो जनता ने उन्होंने बनाया, ये जनता ने लाना। ये सन इन्हों का यही कहना वा, जिन्ना तक केंद्र सरकार जी आर्डिनेंस रद्द नहीं करती उन्ना चिर तक साडा इसे तरह संघर्ष जारी रहेगा। मैं जनरल गुरु कैमरामैन मोहित शर्मा, अश्विनी शर्मा, लिंग न्यूज़ पंजाब।